ਅੱਜ ਜਿਹੜੀਆਂ ਵੋਟਾਂ ਪੈਣ ਜਾ ਰਹੀਆਂ ਪੰਜਾਬ ਦੇ ਵਿੱਚ, ਇਹ ਜਿਹੜਾ ਨਾਭਾ ਵਿਧਾਨ ਸਭਾ ਹਲਕਾ ਦਾ ਜਿਹੜਾ ਪਿੰਕ ਬੂਥ ਹੈਗਾ, ਅਤੇ ਪਿੰਕ ਬੂਥ ਦੇ ਵਿੱਚ ਹੁਣ ਤੁਸੀਂ ਦੇਖੋ ਕਿੰਨੀ ਮਿਹਨਤ ਕੀਤੀ ਵੀ ਹੈ ਸਾਰੇ ਸਟਾਫ ਨੇ ਇੱਥੋਂ, ਸਕੂਲ ਵਾਲਿਆਂ ਨੇ ਵੀ, ਅਤੇ ਸਾਰਾ ਜਿਹੜਾ ਸਟਾਫ ਹੈਗਾ, ਲੇਡੀ ਸਟਾਫ ਹੈਗਾ, ਜਿਵੇਂ ਸਾਡੇ ਸਬ ਇੰਸਪੈਕਟਰ ਨੇ ਅਨੀਤਾ ਨੇ ਸੁਰੱਖਿਆ ਵਾਸਤੇ ਹੈਗੇ, ਅਤੇ ਇੱਧਰੋਂ ਗੁਰਪ੍ਰੀਤ ਜੀ ਨੇ, ਪੀ ਆਰ ਓ ਨੇ, ਅਤੇ ਰਜਨੀ ਨੇ, ਅਤੇ ਹਰ ਇਹ ਪੀ ਆਰ ਓ ਹਰਪ੍ਰੀਤ ਕੌਰ ਨੇ ਸਾਡਾ ਮੈਮ, ਨੇਹਾ ਜੀ, ਅਤੇ ਜਿਹੜਾ ਹੈਗਾ ਇਹ ਸਾਰਾ ਪਿੰਕ ਬੂਥ ਹੈਗਾ ਇਹ ਲੇਡੀ ਚਲਾਉਣਗੀਆਂ, ਸਾਡੀਆਂ ਲੜਕੀਆਂ, ਸਾਡੀਆਂ ਧੀਆਂ, ਸਾਡੀਆਂ ਭੈਣਾਂ ਕਿਸੇ ਤੋਂ ਘੱਟ ਨਹੀਂ ਹੈਗੀਆਂ ਜੀ। ਅਟਰੈਕਟ ਕਰਨ ਵਾਸਤੇ ਕਿ ਵੱਧ ਤੋਂ ਵੱਧ ਵੋਟ ਦਾ ਇਸਤੇਮਾਲ ਕਰੇਗਾ? ਹਾਂਜੀ ਹਾਂਜੀ ਬਿਲਕੁਲ, ਐਂਡ ਇੱਥੋਂ ਦੇ ਬੀ ਐਲ ਓ ਨੇ ਵੀ ਬਹੁਤ ਅੱਛਾ ਕੰਮ ਕੀਤਾ, ਇੱਥੋਂ ਦੇ ਹੈੱਡ ਟੀਚਰ ਨੇ ਜੀਵਨ ਜੀ ਖੜ੍ਹੇ ਨੇ, ਅਤੇ ਬਹੁਤ ਮਿਹਨਤ ਕੀਤੀ, ਐਂਡ ਵੱਧ ਤੋਂ ਵੱਧ ਜਿਹੜੇ ਵੋਟਰ ਨੇ ਬੀ ਐਲ ਓ ਨੇ ਪਹਿਲਾਂ ਹੀ ਬਹੁਤ ਕੀਤੀ ਵੀ ਹੈ ਮਿਹਨਤ, ਐਂਡ ਉਹਨੂੰ ਇਨਾਮ ਵੀ ਰੱਖਿਆ ਹੋਇਆ ਜੇ ਉਹ ਪਿਛਲੀ ਪਰਸੈਂਟੇਜ ਤੋਂ ਵਧਾਏਗਾ। ਜਿਹੜਾ ਟਾਈਮਿੰਗ ਆ ਇਸ ਵਾਰੀ ਜਿਹੜਾ 7 ਤੋਂ 6 ਕੀਤਾ ਗਿਆ ਗਰਮੀ ਕਰਕੇ? ਹਾਂ ਗਰਮੀ ਕਰਕੇ, ਛਬੀਲ ਵੀ ਲੱਗੇਗੀ ਜੀ ਬਕਾਇਦਾ ਗਰਮੀ ਕਰਕੇ, ਕਿਉਂਕਿ ਗਰਮੀ ਹੈਗੀ ਆ, ਬਟ ਸਾਡੇ ਵੋਟਰਾਂ 'ਚ ਉਤਸ਼ਾਹ ਜਿਹੜਾ ਘੱਟ ਨਹੀਂ ਹੈਗਾ, ਅਤੇ ਸਾਡੀਆਂ ਲੇਡੀਜ਼ ਕਿਸੇ ਤੋਂ ਘੱਟ ਨਹੀਂ, ਸਾਡਾ ਆਪਦਾ ਪੰਜਾਬ ਹੈਗਾ ਉਹ ਲੇਡੀ ਚਲਾ ਰਹੀਆਂ ਨੇ। ਦੇਖੋ ਜਿਵੇਂ ਲੁਧਿਆਣਾ ਹੈ, ਮੈਡਮ ਸਾਕਸ਼ੀ ਸਾਨੀ ਨੇ, ਆਸ਼ਕਾ ਜੈਨ ਮੈਮ ਨੇ ਮੋਹਾਲੀ ਨੇ, ਫਤਿਹਗੜ੍ਹ ਸਾਹਿਬ ਮੈਮ ਨੇ, ਇੱਥੇ ਬਰਨਾਲਾ ਮੈਡਮ ਨੇ ਡੀ ਸੀ, ਇੱਥੇ ਪੂਨਮਦੀਪ ਮੈਮ ਨੇ ਇੱਥੇ ਬਰਨਾਲਾ, ਫਾਜ਼ਿਲਕਾ ਡੀ ਸੀ, ਅਤੇ ਹੁਸ਼ਿਆਰਪੁਰ ਡੀ ਸੀ ਜਿਹੜੇ ਕੋਮਲ ਮਿੱਤਰ ਮੈਮ ਨੇ, ਅਤੇ ਅੱਧਾ ਪੰਜਾਬ ਚਲਾ ਰਹੀਆਂ ਨੇ ਸਾਡੀਆਂ ਲੜਕੀਆਂ, ਕਿਸੇ ਤੋਂ ਘੱਟ ਥੋੜ੍ਹਾ ਹੈ ਜੀ। ਹਾਂਜੀ 226 ਬੂਥ ਨੇ, ਅਤੇ 1,87,000 ਜਿਹੜੇ ਵੋਟਰ ਨੇ ਜੀ, ਅਤੇ ਆਸ ਹੈ ਵੀ ਐਤਕੀ ਪੂਰੀ ਟਰਨਆਊਟ ਵਧੀਆ ਹੋਏਗਾ ਜੀ। ਕਿੱਦਾਂ ਦੇ ਪ੍ਰਬੰਧ ਕੀਤੇ ਗਏ ਆ ਈ ਵੀ ਐਮ ਮਸ਼ੀਨਾਂ ਨੂੰ ਲੈ ਕੇ, ਅਤੇ ਹੋਰ ਈ ਵੀ ਐਮ ਮਸ਼ੀਨਾਂ ਜਿਹੜੀਆਂ ਹੈਗੀਆਂ ਪਹੁੰਚ ਚੁੱਕੀਆਂ ਨੇ ਜੀ, ਅਤੇ ਸਾਡਾ ਸਟਾਫ ਰੈਡੀ ਆ ਮੋਕ ਪੋਲ ਵਾਸਤੇ, 5:30 ਪੂਰੇ ਮੋਕ ਪੋਲ ਹੋ ਜਾਏਗੀ, ਪੋਲੀਟੀਕਲ ਪਾਰਟੀਆਂ ਦੇ ਜਿਹੜੇ ਏਜੰਟ ਹੁੰਦੇ ਨੇ ਉਹਨਾਂ ਨੂੰ ਉਹਨਾਂ ਦੀ ਹਾਜ਼ਰੀ ਵਿੱਚ ਹੋਏਗੀ ਜੀ। ਕਿਸੇ ਮਸ਼ੀਨ ਨੂੰ ਦਿੱਕਤ ਆਉਂਦੀ ਹੈ ਤਾਂ ਸਾਡੇ ਸੈਕਟਰ ਅਫਸਰ, ਹਰੇਕ ਸੈਕਟਰ ਅਫਸਰ ਕੋਲ 2-2 ਮਸ਼ੀਨਾਂ ਨੇ ਜੀ, ਸਿਕਿਉਰਿਟੀ ਹੈਗੀ ਆ ਉਹਨਾਂ ਦੀ, ਈਵਨ ਕਿ ਮੈਂ ਵੀ ਰੱਖਾਂਗਾ ਜੀ, ਅਤੇ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਉਂਦੀ। ਸੁਰੱਖਿਆ ਪੱਖ ਤੋਂ ਕਿਸ ਤਰ੍ਹਾਂ ਵਾਚ ਕਰਦੇ ਹੋ? ਪੂਰੀ ਸੁਰੱਖਿਆ ਜਿਹੜੀ ਹੈਗੀ ਸਾਡੇ DSP ਦਵਿੰਦਰ ਅਤਰੀ ਜੀ ਨੇ ਉਹਨਾਂ ਦੀ ਅਗਵਾਈ ਹੇਠ ਪੂਰੇ ਪ੍ਰਬੰਧ ਕੀਤੇ ਹੋਏ ਨੇ, ਪੈਰਾਮਿਲਟਰੀ ਫੋਰਸਿਸ ਵੀ ਆਈਆਂ ਵੀ ਨੇ, ਔਰ ਤੁਸੀਂ ਦੇਖੋ ਸਾਡੀਆਂ ਲੜਕੀਆਂ ਕਿਸੇ ਤੋਂ ਘੱਟ ਨਹੀਂ, ਅਨੀਤਾ ਖੜ੍ਹੇ ਨੇ ਸਬ ਇੰਸਪੈਕਟਰ ਜੀ, ਠੀਕ ਹੈ, PRO ਸਾਹਿਬ ਖੜ੍ਹੇ ਨੇ। ਫੀਲਿੰਗ ਵੈਰੀ ਪ੍ਰਿਵਲੇਜਡ ਕਿ SDM ਸਰ ਨੇ ਮੈਨੂੰ ਮੌਕਾ ਦਿੱਤਾ, ਅਤੇ ਮੇਰੀ ਜਿਹੜੀ ਟੀਮ ਹੈ ਸਾਰੇ ਮੈਂਬਰਸ ਦੀ ਟੀਮ ਹੈ, ਲੇਡੀ ਮੈਂਬਰਸ ਹੈ, ਅਸੀਂ ਬਹੁਤ ਵਧੀਆ ਆਪਣਾ ਬੂਥ ਚਲਾ ਕੇ ਦਿਖਾਵਾਂਗੇ, ਅਤੇ ਇਹ ਸਾਬਿਤ ਕਰਾਂਗੇ ਮਤ ਸਮਝੋ ਤੁਮ ਕਮਜ਼ੋਰ ਹੋ ਕਿ ਕਿਉਂਕਿ ਤੁਮ ਇੱਕ ਔਰਤ ਹੋ। ਸਰ ਬਹੁਤ ਵਧੀਆ ਹੈ ਕਿਉਂਕਿ ਇਹਦੇ ਨਾਲ ਨਾ ਜਿਹੜੀ ਸੰਖਿਆ ਹੈ ਵੋਟਿੰਗ ਦੀ ਉਹ ਜ਼ਿਆਦਾ ਵਧੂਗੀ, ਅਤੇ ਸਾਰਿਆਂ ਨੂੰ ਮਤਲਬ ਮੌਕਾ ਮਿਲੂਗਾ ਵੀ ਹਾਂ ਉਹ ਆਉਣ, ਅਤੇ ਇਨਕਰੇਜਮੈਂਟ ਹੈ ਇੱਕ ਤਰ੍ਹਾਂ ਵੀ ਉਹ ਆਉਣਗੇ ਅਤੇ ਆਪਣੀ ਵੋਟ ਪਾਉਣਗੇ ਇੱਥੇ ਉਹਦਾ। ਹਾਂਜੀ ਹਾਂਜੀ, ਸਰ ਸਰਟੀਫਿਕੇਟ ਵਗੈਰਾ ਦੇਵਾਂਗੇ ਉਹ, ਉਹਨਾਂ ਨੂੰ ਇੱਕ ਬਕਾਇਦਾ ਉਹਦੇ ਨਾਲ ਪ੍ਰੋਪਰ ਫੋਟੋਗ੍ਰਾਫ ਵੀ ਹੋਵੇਗੀ, ਅਤੇ ਮੇਰੇ ਬੇਟੇ ਦਾ ਵੀ ਫਸਟ ਟਾਈਮ ਹੀ ਹੈ, ਉਹਦਾ ਵੀ ਫਸਟ ਟਾਈਮ ਹੀ ਉਹ ਵੋਟ ਕਰੂਗਾ ਇੱਥੇ। ਇਲੈਕਸ਼ਨ ਨੂੰ ਕਿਸ ਤਰ੍ਹਾਂ ਦੇਖਦੇ ਹੋ? ਜ਼ਿਆਦਾਤਰ ਲੇਡੀਜ਼ ਡਿਊਟੀ ਕਟਾਉਂਦੀਆਂ ਨੇ, ਤੁਸੀਂ ਅੱਗੇ ਹੋ ਕੇ ਕੰਮ ਕਰ ਰਹੇ ਹੋ? ਸਰ ਇੱਕ ਵਧੀਆ ਮੌਕਾ ਹੀ ਹੈ ਇੱਕ ਆਪਣੇ ਆਪ ਨੂੰ ਸਾਬਿਤ ਕਰਨ ਦਾ, ਮਤਲਬ ਜਿੱਥੇ ਆਪਾਂ ਕਹਿੰਦੇ ਹਾਂ ਵੀ ਸਾਰੇ ਕਿਤੇ ਵੀ ਮਰਦ ਸਮਾਜ ਆ ਵੀ ਸਿਰਫ ਮਰਦ ਹੀ ਹੋ ਕੇ ਅੱਗੇ ਕੰਮ ਕਰ ਸਕਦੇ ਨੇ, ਤਾਂ ਅਸੀਂ ਇੱਕ ਸਾਬਿਤ ਕਰਨਾ ਵੀ ਅਸੀਂ ਲੇਡੀਜ਼ ਹਾਂ, ਸਾਡੇ 'ਚ ਅਸੀਂ ਪੂਰਾ ਸਾਬਿਤ ਕਰਕੇ ਦਿਖਾਵਾਂਗੇ ਜਿਹੜਾ ਸਾਡਾ ਬੂਥ ਹੈ ਬਹੁਤ ਵਧੀਆ ਚੱਲਿਆ।